वर्ल्ड रिकॉर्ड है पिछले 25 साल तो बगैर गेंद तो बॉलिंग कर रहे हैं, फिर भी तीनों विकेट ले गया। वेस्ट इंडीज वर्ल्ड कप तो बाहर हो गई है। अब तेरा मेरा मजाक है, मजाक खत्म करो। तो लम आया कुड़िया छेड़िया तुसी। हाँ सी जवान जान दी। हाँ छेड़ा गे क्यों छेड़ेगा? मेरा मतलब झूठ बोल दिया अब असी तो छेड़े नहीं कभी इन्हों। वो अपना प्राण ना लेके ना पर्चा की तो बा की मैं भी बाहर बैठे हूँ जैसी तुम्हें पढ़ा जाता हूँ तो सब छेड़ते हो जैसी बाहर भी ना बैठी है। चाचा बोलो बोलो मेरे बेटा मेरे जब्बी पा और मैं पाई है या उन्हें पाई है? प्रभा अपनी ईमानदारी ने दस ये कपड़े की आवाज ना मैच कर रहे हैं। हर आवाज अपना जफे पा और तू उन्हें कहना जफे पा है किड तेरा भक्त पा वाला है। और कुछ ये प्रभा ये की पहना कलर तेरे चले तेरे के चले मैं ते अपने अखा ने देखे मैं वो तो छेड़ रहा है तू अपने सामने मेरी बहन को कह रहा है मैं तेरा डोरेमोन तू मेरी नोबिता। ए मैं तेरी बहन को क्या नकल लाने जाने जाके कपड़े ला अल्फ ला ला ले। चाचा जी इंज बल्लेदारी से सुलह नहीं हुई थाने रिपोर्ट करा मासूम बच्चे के नाल गंदियां हरकतां
ਗੱਲ ਕੋਈ ਨਹੀਂ ਸੀ ਮੈਂ ਰੋਟੀ ਚਿੱਥ ਕੇ ਤੇਰੇ ਮੂੰਹ ਚ ਪਾਉਂਦਾ ਰਿਹਾ ਆ ਤੂੰ ਤੇ ਜਦੋਂ ਜੰਮਿਆ ਉਦੋਂ ਪੱਤੀ ਤੇ ਬੱਤੀ ਸੀ ਨਾ ਅੱਬਾ ਬੜੀ ਹੋ ਗਈ ਸਾਡਾ ਵਿਆਹ ਕਰ ਦੇ ਬਸ ਹੁਣ ਕੀ ਤੁਹਾਡਾ ਵਿਆਹ ਕਰਦਾ ਹਾਂ ਹਾਂ ਉਹ ਕੌਣ ਕਰੇਗਾ ਤੁਹਾਡੇ ਨਾਲ ਨਾ ਵਿਆਹ ਉਹ ਵੇਲੀਆਂ ਦੇ ਕੰਮਿਆਂ ਨਾਲ ਕੌਣ ਕਰੇਗਾ ਵਿਆਹ ਜ਼ਿਆਦਾ ਵਿਆਹ ਹੀ ਵੇਲੀਆਂ ਦੇ ਹੁੰਦੇ ਨੇ ਅੱਬਾ ਤੈਨੂੰ ਪਤਾ ਨਹੀਂ ਕਿਹਨੇ ਦੱਸਿਆ ਹੀ ਨਹੀਂ ਬਸ ਮੈਂ ਫੈਸਲਾ ਕੀਤਾ ਕੰਮ ਕਰੋਗੇ ਤਾਂ ਵਿਆਹ ਕਰਾਂਗਾ ਉਹ ਵਿਆਹ ਕਰੇਗਾ ਤੇ ਕੰਮ ਕਰਾਂਗੇ ਤੂੰ ਮੇਰਾ ਵਿਆਹ ਕਰ ਕੇ ਮੈਂ ਰੋਜ਼ ਕੰਮ ਨਾ ਕਰਾਂ ਤਾਂ ਮੈਨੂੰ ਫੜ ਲਈ ਉਹ ਵੱਡੇ ਬੋਲਣਾ ਬੋਲ ਰੋਜ਼ ਕੰਮ ਨਾ ਕਰਾਂ ਮਾਮਾ ਅੱਧੀ ਰਾਤ ਨੂੰ ਤੇਰੀ ਲੱਤ ਦੀ ਨਾੜ ਚੜਦੀ ਚੀਕਾਂ ਨਿਕਲ ਜਾਂਦੇ ਤੇਰੀਆਂ ਮੈਂ ਨਹੀਂ ਕਰਾਂਗਾ ਅੱਧੀ ਰਾਤ ਕੋਈ ਨਹੀਂ ਮੈਂ ਗਿਆ ਵੀਰੇ ਕੰਮ ਗਿਆ ਫੈਕਟਰੀ ਚ ਕੰਮ ਕਰਨ ਗਿਆ ਅੱਛਾ ਉਹ ਫੈਕਟਰੀ ਵਾਲੇ ਮੈਨੂੰ ਕਹਿੰਦੇ ਕਿਧਰ ਆਇਆ ਮੈਂ ਕੰਮ ਕਰ ਕਹਿੰਦੇ ਜਾ ਕੰਮ ਕਰ ਜਾ ਕੇ ਸਾਡ ਵਿਆਹ ਕਰ ਅੱਬਾ ਉਹ ਕਿਉਂ ਤੇਰੇ ਵਿਆਹ ਕਰੇ ਅੱਬਾ ਅੱਲਾ ਨੇ ਤੁਹਾਨੂੰ ਹੱਥ ਨਹੀਂ ਦਿੱਤੇ ਆਪਣਾ ਕਮਾਓ ਆਪਣਾ ਖਾਓ ਜਾ ਕੇ ਅੱਬੇ ਦੀ ਜ਼ਿੰਮੇਵਾਰੀ ਵਿਆਹ ਕਰੇ ਆਪਣਾ ਕਮਾ ਲਾਂਗੇ ਇਹਨੂੰ ਕਿ ਸਾਡਾ ਜਿਹੜੀਆਂ ਔਰਤਾਂ ਇੱਥੇ ਰਹਿੰਦੀਆਂ ਨੇ ਨਾ ਇਹ ਤਿੰਨ ਕੁੜੀਆਂ ਇਹਨਾਂ ਨਾਲ ਵਿਆਹ ਕਰਾਏ ਸਾਡਾ ਬੱਲੇ ਵੀ ਬੱਲੇ ਉਹ ਤਿੰਨ ਕੁੜੀਆਂ ਨਾਲ ਮੈਂ ਤੁਹਾਡਾ ਵਿਆਹ ਕਰਦੇ ਆ ਓਏ ਪੜੀਆਂ ਲਿਖੀਆਂ ਲੱਖ ਲੱਖ ਦੋ ਲੱਖ ਰੁਪਏ ਕਮਾਉਂਦੀਆਂ ਨੇ ਤੇ ਜੰਮਣੇ ਦੇ ਬੱਚੇ ਹੀ ਨੇ ਤੁਸੀਂ ਕੀ ਕਰਦੇ ਇੰਜੋਏ ਉਹ ਲੱਖ ਲੱਖ ਦੋ ਲੱਖ ਕਮਾਉਂਦੀਆਂ ਨਾ ਹਾਂ ਫਿਰ ਹੋਰ ਕੀ ਚਾਹੀਦਾ ਸੀ ਬਹਿ ਕੇ ਖਾਵਾਂਗੇ ਆਏ ਸਤਗੇ ਮੈਂ ਚਾਹ ਤੋਂ ਟੁੱਟ ਜਾਣਗੇ ਬਾਬੂ ਬਗੈਰਤੀ ਦੀ ਸ਼ੈ ਹੁੰਦੀ ਅੱਛਾ ਤੈਨੂੰ ਗੱਲ ਹੈ ਜੀ ਉਹ ਤਿੰਨੇ ਭੈਣਾ ਅਸੀਂ ਤਿੰਨੇ ਭਰਾ ਤੇ ਤੂੰ ਅੱਬਾ ਇਹਨਾਂ ਕੰਮ ਨਹੀਂ ਕਰ ਸਕਦਾ ਸਾਡਾ ਵਿਆਹ ਨਹੀਂ ਕਰਾ ਸਕਦਾ ਓਏ ਵਿਆਹ ਕਿਸੇ ਤਰੀਕੇ ਨਾਲ ਹੁੰਦਾ ਪੁੱਤਰ ਉਹਨਾਂ ਦੀ ਵੱਡੀ ਭੈਣ ਨੇ ਉਹਨਾਂ ਨੂੰ ਮਾਂ ਬਣ ਕੇ ਪਾਲਿਆ ਉਹਨੇ ਕੋ ਰਿਸ਼ਤਾ ਮੰਗਾਂਗੇ ਤੇ ਗੱਲ ਬਣ ਜਾਏਗੀ ਤੁਸੀਂ ਉਹਦੀ ਇੱਜ਼ਤ ਨਹੀਂ ਕਰਦੇ ਨਾ ਗੱਲ ਤੇ ਠੀਕ ਹੈ ਬੇ ਜੀ ਅਸੀਂ ਉਹਨਾਂ ਦੀ ਵੱਡੀ ਭੈਣ ਦੀ ਕਦੀ ਇੱਜ਼ਤ ਨਹੀਂ ਕੀਤੀ ਤੇ ਕੰਮ ਕਰੀਏ ਹਾਂ ਪਹਿਲੇ ਉਹਨਾਂ ਦੀ ਭੈਣ ਦੇ ਦਿਲ 'ਚ ਨਾ ਆਪਣਾ ਪਿਆਰ ਪਾਈਏ ਜਗ੍ਹਾ ਬਣਾਈਏ ਦਿਲ 'ਚ ਫਿਰ ਉਹ ਸਾਨੂੰ ਵੱਡੀ ਭੈਣ ਦਾ ਰਿਸ਼ਤਾ ਦੇਏਗੀ ਹਾਂ ਮੈਂ ਉਹਨੂੰ ਬੁਲਾਣਾ ਆਪਾਂ ਤੈਨੂੰ ਉਹਦੇ ਸਾਹਮਣੇ ਨਾ ਡਰਾਮਾ ਹੀ ਅੰਦਾਜ਼ ਕਰਾਂਗੇ ਬਸ ਅੱਜ ਤੋਂ ਬਾਅਦ ਉਹਨੂੰ ਅਸੀਂ ਆਪਣੀ ਮਾਂ ਸਮਝਾਂਗੇ ਪਹਿਲੇ ਮੈਂ ਉਹਦੇ ਕੋਲ ਜਾਵਾਂਗਾ ਠੀਕ ਫਿਰ ਤੂੰ ਜਾਈ ਬਾਅਦ 'ਚ ਤੂੰ ਜਾਈ ਹਾਂ ਡਾਇਲੌਗ ਬੋਲਣੀ ਫਿਰ ਨਹੀਂ ਅੰਦਾਜ਼ ਅੱਛਾ ਮਾਂ ਸਮਝਣਾ ਨਹੀਂ ਉਹਨੂੰ ਪਹਿਲੇ ਮੇਰੀ ਆਪਣੀ ਮਾਂ ਬਣਾ ਲਓ ਤੁਸੀਂ ਇੱਥੇ ਬੈਠੋ ਮੈਂ ਮਾਂ ਬਣਾ ਕੇ ਆਇਆ ਮੈਂ ਆਪਣੀ ਮੇਰੇ ਨਾਲ ਉਹਦੇ ਤੋਂ ਸਾਡੀ ਮਾਂ ਤੱਲਾ ਠੰਡੀ ਆਈਸਕ੍ਰੀਮ ਬਲਾ ਯਾਰ ਅਸੀਂ ਅੱਜ ਤੁਹਾਡਾ ਹੀ ਪੰਜ ਆਪਣਾ ਆਪਾਂ ਜ਼ੁਬੈਦਾ ਹਾਂਜੀ ਉਹ ਤੇ ਕਹਿ ਰਹੀ ਨਾ ਚਿਪਸ ਦੇ ਮਾਂ ਕਰਾ ਰਹੀ ਚਲੋ ਯਾਰ ਆਪਣਾ ਆਪਣਾ ਸੈਕਾ ਹੁੰਦਾ ਅੱਛਾ ਸਾਨੂੰ ਕੀ ਲੋੜ ਪਈ ਬੱਬੂ ਮਾਂ ਤੂੰ ਵੀ ਕਹਿੰਦਾ ਮੈਂ ਰੋਣ ਵਾਲਾ ਮਿੱਠਾ ਉਹ ਮੰਨਣੀ ਨਹੀਂ ਨਾ ਕਿਸੇ ਨੇ